ਲੋ ਜੀ, ਦੇਖੋ ਤਿੰਨ ਤਿੰਨ ਜਣੇ ਚਿੰਬੜੇ ਹੋਏ ਨੇ ਗੱਡੀ ਨੂੰ। ਗੱਡੀ ਜਮਾਂ ਹੀ ਨਵੀਂ ਕੱਢਤੀ ਹੈ, ਹਜੇ ਪਾਲਿਸ਼ ਪੂਲਿਸ਼ ਮਾਰਨੀ ਆ। ਦੇਖੋ ਉਹੀ ਗੱਡੀ ਆ, ਆਹ ਗੱਡੀ ਆਈ ਆ ਬਾਈ ਕੋਲ, ਇਹ ਗੱਡੀ ਡਰਾਈ ਕਲੀਨ ਕਰਨੀ ਆ ਸਾਰੀ। ਦੇਖੋ ਕਿੰਨਾ ਮਾੜਾ ਹਾਲ ਆ। ਅੰਦਰ ਵੀਰ ਨੂੰ ਪੁੱਛਿਆ, ਕਹਿੰਦਾ ਕ੍ਰਿਸਟਾ ਰਹਿਣਾ, ਜੇ ਫੋਨ ਕਰਕੇ ਗੱਡੀ ਧਵਾਉਣੀ ਹੋਵੇ ਉਹ ਵੀ ਚੱਕ ਲਿਆ, ਚੱਕ ਲਿਆ ਬਾਅਦ ਛੱਡ ਵੀ ਆਉਂਦੇ ਹਾਂ। ਠੀਕ ਹੈ ਵੀਰੇ, ਇਹ ਤਾਂ ਬਹੁਤ ਵਧੀਆ ਕੰਮ ਆ ਯਾਰ, ਇਹ ਕੋਈ ਨੀ ਕਰਦਾ ਹੈਗਾ। ਅੱਜ ਕੱਲ ਟਾਈਮ ਲੋਕਾਂ ਕੋਲ ਹੈ ਨੀ, ਮੇਰੇ ਵਰਗੇ ਭਰਾਵਾਂ ਕੋਲ। ਅਗਲਾ ਕਹਿੰਦਾ ਘਰੇ ਖੜੀ ਗੱਡੀ ਧੋਤੀ ਹੋਈ ਮਿਲ ਜਾਵੇ, ਇਹ ਜਿਹਾ ਲੱਗਿਆ ਉਰੇ ਗੱਡੀ ਧਵਾ ਕੇ ਵੀ ਗੱਡੀ ਇੱਕ ਨੰਬਰ ਧੋਤੀ ਗਈ। ਅੰਕਲ ਜੀ ਕਿਹੋ ਜਿਹਾ ਲੱਗਿਆ? ਬਹੁਤ ਮਜ਼ਾ ਆ ਗਿਆ, ਬਹੁਤ ਮਜ਼ਾ। ਨਵੀਂ ਬਣਾਤੀ ਹੈ ਨਾ ਜੀ ਗੱਡੀ? ਵਰਗੀ ਬਿਲਕੁਲ ਨਵੀਂ ਵਰਗੀ, ਬਹੁਤ ਗੰਦੀ ਜੀ ਹੈ ਨਾ ਗੱਡੀ, ਬਹੁਤ ਗੰਦੀ ਜੀ। ਤੇ ਹੁਣ ਕਈ ਜਗ੍ਹਾ ਤੇ ਹੱਥ ਨਹੀਂ ਪੈਂਦਾ ਹੁੰਦਾ ਬਾਈ, ਕਹਿੰਦਾ ਚਾਹੇ ਲਾਹੇ ਚ ਲਾ ਲੋ ਜਾਂ ਨਟਾਂ ਚ ਲਾ ਲੋ, ਕਿਤੇ ਵੀ ਲਾ ਲੋ ਵੀ ਗੱਡੀ ਐਨ ਕਲੀਨ ਹੋਊਗੀ ਸਾਰੇ ਕਿਤੇ। ਲੈ ਦੇਖੋ ਮੈਟ ਦਿਖਦਾ ਮਿੱਟੀ ਮਾੜਾ ਜਿਹਾ ਵੀ ਤਣ ਮਿੱਟੀ ਦਾ, ਪਾਲਿਸ਼ ਵੀ ਮਾਰਨਗੇ ਬਾਈ ਹੋਣੀ, ਆਪਾਂ ਉਹ ਵੀ ਦਿਖਾਵਾਂਗੇ। ਲੈ ਛੱਤ ਦੇਖ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ। ਅੱਜ ਤੁਹਾਨੂੰ ਦਿਖਾਵਾਂਗੇ, ਗੱਡੀਆਂ ਤਾਂ ਬਹੁਤ ਦਿਖਾਤੀਆਂ, ਗੱਡੀ ਦੀ ਕੇਅਰ ਕਰਨੀ ਆ ਉਹ ਬਹੁਤ ਔਖੀ ਆ। ਗੱਡੀ ਧਵਾਉਣੀ ਤੇ ਨਲਾਉਣੀ ਗੱਡੀ ਨੂੰ, ਲੋਕਾਂ ਨੂੰ ਬਹੁਤ ਸ਼ੌਂਕ ਆ ਮੇਰੇ ਵਰਗੇ ਵੀਰ ਭਰਾਵਾਂ ਨੂੰ। ਗੱਡੀ ਧੋਣ ਵਾਲਾ ਨਹੀਂ ਆਪਾਂ ਨੂੰ ਕੋਈ ਚੱਜਦਾ ਮਿਲਦਾ ਵੀ ਗੱਡੀ ਦੇ ਪੱਟ ਕੱਢ ਦੇਵੇ। ਇਹ ਵੀਰ ਹੋਣੀ ਗੱਡੀ ਹਰੇਕ ਤਰ੍ਹਾਂ ਨਾਲ ਧੋਂਦੇ ਆ, ਫੋਮ ਵਾਸ਼ ਵੀ ਕਰਦੇ ਨੇ, ਗੱਡੀ ਜੈਕ ਤੇ ਲਾ ਕੇ ਵੀ ਧੋਂਦੇ ਨੇ, ਗੱਡੀ ਦੇ ਥੱਲੇ ਡੀਜ਼ਲ ਮਰਾਉਣਾ ਸਾਰਾ ਕੁਝ ਕਰਦੇ ਨੇ ਬਾਈ ਹੋਣੀ। ਵੀਰ ਤੋਂ ਆਪਾਂ ਪੁੱਛਾਂਗੇ। ਆਹ ਦੇਖੋ ਸਾਰੀਆਂ ਗੱਡੀਆਂ ਕਮਰਸ਼ੀਅਲ ਸਾਰੇ ਉਰੇ ਆਉਂਦੇ ਨੇ ਬਾਈ ਹੋਣੀ, ਕਿਉਂਕਿ ਇਹਨਾਂ ਦਾ ਕੰਮ ਇਹਨਾਂ ਨੂੰ ਵਧੀਆ ਲੱਗਦਾ ਹੈ। ਹਰੇਕ ਗੱਡੀ ਇੱਕ ਤੋਂ ਇੱਕ ਧੋਤੀ ਹੋਈ ਹੈ, ਨਵੀਂ ਬਣਾਈ ਹੋਈ ਹੈ ਗੱਡੀ ਇਹਨਾਂ ਨੇ ਬਾਈ, ਉਹਨਾਂ ਨੇ ਬਹੁਤ ਸੋਹਣੀ ਗੱਡੀ ਧੋਂਦੇ ਨੇ। ਤੁਸੀਂ ਵੀ ਜ਼ਰੂਰ ਇੱਕ ਵਾਰੀ ਉਰੇ ਵਿਜਿਟ ਕਰਿਓ, ਬਹੁਤ ਵਧੀਆ ਕੰਮ ਆ ਇਹਨਾਂ ਦਾ। ਆਹ ਦੇਖੋ ਗੱਡੀ ਧੋਤੀ ਹੈ ਬਾਈ ਨੇ, ਤੇ ਮੈਂ ਤੁਹਾਨੂੰ ਦਿਖਾਉਂਦਾ ਹਜੇ ਇੱਕ ਗੱਡੀ ਫੁੱਲ ਧੋਤੀ ਆ। ਗੱਡੀ ਦੇਖੋ ਅੰਦਰੋਂ ਵੀ ਐਨ ਨਵੀਂ ਬਣਾਈ ਹੋਈ ਹੈ ਗੱਡੀ, ਬਹੁਤ ਸੋਹਣਾ ਧੋਂਦੇ ਨੇ ਗੱਡੀ ਬਾਈ ਹੋਣੀ। ਆਹ ਦੇਖੋ ਪਾਲਿਸ਼ ਪੂਲਿਸ਼ ਜਿਵੇਂ ਕਹੋਗੇ ਤੁਸੀਂ ਉਵੇਂ ਕਰਕੇ ਦੇਣਗੇ, ਦੇਖੋ ਕਿੰਨੀ ਸਾਫ਼ ਆ ਗੱਡੀ, ਮਾਰਦੀ ਹੈ ਲਿਸ਼ ਲਿਸ਼। ਟਾਈਮ ਹੋ ਗਿਆ ਵੀਡੀਓ ਆਪਾਂ ਪਾਈ ਨਹੀਂ ਹੈਗੀ, ਹਫ਼ਤੇ ਹੋ ਗਏ ਦੋ, ਬੁਖਾਰ ਚੜਿਆ ਹੋਇਆ ਸੀ, ਗਲਾ ਖਰਾਬ ਆ, ਦੇਖੋ ਆਵਾਜ਼ ਦਾ ਹਜੇ ਵੀ ਫਰਕ ਆ, ਤਾਂ ਕਰਕੇ ਵੀਡੀਓ ਨਹੀਂ ਪਾਈ ਆਪਾਂ। ਆਹ ਦੇਖੋ ਆਹ ਜੈਕ ਤੇ ਲਾ ਕੇ ਚੱਕਣਗੇ ਗੱਡੀ ਆਰਟਿਕਾ। ਆਹ ਦੇਖੋ ਨੋਵਾ ਹਾਈਬ੍ਰਿਡ ਕਿੰਨੀ ਗੰਦੀ ਆ, ਜਦੋਂ ਧੋ ਦੇਣਗੇ ਤੁਹਾਨੂੰ ਦਿਖਾਵਾਂਗੇ ਗੱਡੀ ਚਮਕਦੀ ਪੂਰੀ, ਜਦੋਂ ਫੁੱਲ ਵਾਸ਼ ਹੋਜੂਗੀ। ਆ ਮੈਟ ਮੁੱਟ ਦੇਖੋ ਬਾਹਰ ਕੱਢੇ ਹੋਏ ਬਾਈ ਉਹਨਾਂ ਨੇ, ਐਨ ਨਵੇਂ ਬਣਾ ਕੇ ਵਿੱਚ ਧਰਨਗੇ। ਆ ਦੇਖੋ ਆਹ ਗੱਡੀ ਪੂਰੀ ਲਿਬੜੀ ਹੋਈ ਹੈ, ਆਹ ਬਾਈ ਮਾਰਨ ਲੱਗਿਆ ਪਾਣੀ। ਦੇਖੋ ਆਪਾਂ ਗੱਡੀ ਧਵਾਉਂਦੇ ਨੀ, ਗੱਡੀਆਂ ਤਾਂ ਹੀ ਗਲਣ ਲੱਗ ਜਾਂਦੀਆਂ ਨੇ, ਨਾਲੇ ਬੰਦਿਆਂ ਦਾ ਰੇਟ ਵੀ ਬਹੁਤ ਜਾਇਜ਼ ਆ। ਐ ਨੀ ਹੈਗਾ ਵੀ ਲੈਫਟਾਂ ਲਾਈਆਂ ਹੋਈਆਂ, ਕਿਰਾਇਆ ਵੀ ਰੇਟ ਹਾਈ ਹੋਊਗਾ, ਰੇਟ ਵੀ ਜਾਇਜ਼ ਆ ਬਾਈ ਉਹਨਾਂ ਦਾ। ਇੱਕ ਵਾਰੀ ਵਿਜਿਟ ਕਰੋਗੇ ਤੁਹਾਨੂੰ ਪਤਾ ਲੱਗ ਜੂ, ਡਰੈਸ ਵੀ ਦੱਸਾਂਗੇ ਬਾਈ ਦਾ। ਤੇ ਬਾਈ ਉਹਨੇ ਉਰੇ ਪ੍ਰਦੂਸ਼ਣ ਵੀ ਕਰਦੇ ਨੇ ਗੱਡੀ ਦਾ, ਪ੍ਰਦੂਸ਼ਣ ਕਰਾਉਣਾ ਹੋਵੇ, ਗੱਡੀਆਂ ਸ਼ੋਰ ਕਰਾਉਣੀ ਹੋਵੇ ਉਹ ਵੀ ਵਿੱਚੇ ਕਰਦੇ ਨੇ, ਆਹ ਦਫ਼ਤਰ ਆ ਬਾਈ ਉਹਨਾਂ ਦਾ। ਜਿਵੇਂ ਗੱਡੀ ਆਪਾਂ ਧਵਾਉਂਦੇ ਨੀਗੇ, ਥੱਲੋਂ ਚੁਕਾ ਕੇ ਨਹੀਂ ਧਵਾਉਂਦੇ, ਗੱਡੀਆਂ ਗਲਣ ਲੱਗ ਜਾਂਦੀਆਂ ਨੇ ਕਿਉਂਕਿ ਮਿੱਟੀ ਫਸ ਜਾਂਦੀ ਆ ਵਿੱਚ ਉਹਦੇ। ਮਿੱਟੀ ਫਸਣ ਦਾ ਕਾਰਨ ਇਹ ਆ ਵੀ ਗੱਡੀ ਉੱਥੋਂ ਗਲ ਜਾਂਦੀ ਆ। ਗੱਡੀ ਹਮੇਸ਼ਾ ਚੱਕ ਕੇ ਧਵਾਉਣੀ ਚਾਹੀਦੀ, ਆਪਾਂ 150 ਪਿੱਛੇ ਘੋਲ ਕਰ ਦਿੰਦੇ ਹਾਂ ਵੀ ਗੱਡੀ ਉੱਪਰੋਂ ਧੋਲੀ ਪਾਣੀ ਮਾਰਤਾ ਤਾਂ ਸਾਫ਼ ਆ, ਗੱਡੀ ਥੱਲੋਂ ਧਵਾਓ ਵੀ ਗੱਡੀ ਗਲਦੀ ਨਹੀਂ ਹੈਗੀ।
ਨਾਲੇ ਡੀਜ਼ਲ ਵੀ ਆਪਣੇ ਕੋਲੋਂ ਮਾਰਨਗੇ ਬਾਈ ਹੁਣੀ। ਆ ਦੇਖੋ ਗੱਡੀ ਚੱਕਤੀ ਬਾਈ ਨੇ, ਹੋਰ ਚੱਕੂਗਾ ਫੁੱਲ ਚੱਕ ਦੇਣੀ ਹੈ ਗੱਡੀ। ਵੀਰ ਨੂੰ ਪੁੱਛਾਂਗੇ ਸਾਰਾ ਕੁਝ, ਰੇਟ ਵੀ ਪੁੱਛਾਂਗੇ ਵੀ ਕੀ ਰੇਟ ਆ ਧੋਣ ਦਾ ਜਾਂ ਥੱਲੋਂ ਧਵਾਉਣ ਦਾ ਜਾਂ ਡੀਜ਼ਲ ਨਾਲ ਧਵਾਉਣ ਦਾ ਗੱਡੀ ਦਾ। ਨੋਵਾ ਧੋਤੀ, ਪਾਣੀ ਮਾਰਨ ਲੱਗਿਆ ਪਹਿਲਾਂ ਉੱਥੇ, ਆਹ ਖੜ ਗਈ ਜੈਕ 'ਤੇ ਦੇਖੋ ਗੱਡੀ, ਇਹਦੇ ਵੀ ਥੱਲੇ ਪਾਣੀ ਮਾਰੂਗਾ। ਦੇਖੋ ਇੱਧਰੋਂ ਪਾਣੀ ਮਾਰ ਕੇ ਸਾਫ਼ ਕਰਤੀ, ਸ਼ੈਂਪੂ ਵੀ ਲਾਤਾ ਬਾਈ ਨੇ। ਨਾਲੇ ਘੱਟ ਤੋਂ ਘੱਟ ਟਾਈਮ ਲੱਗਦਾ, ਐਂ ਨਹੀਂ ਵੀ ਕਢਾ ਕੇ ਗੱਡੀ 2 ਘੰਟੇ ਬਾਅਦ ਦੇਣੀ ਆ, ਅੱਧੇ ਘੰਟੇ 'ਚ ਗੱਡੀ ਤਿਆਰ ਕਰਕੇ ਦੇ ਦੇਣਗੇ। ਪਾਲਿਸ਼ ਮਾਰ ਕੇ ਅੰਦਰੋਂ ਸਾਫ਼ ਕਰਕੇ ਸਾਰੀ ਵੈਕਿਊਮ ਵੀ ਕਰਦੇ ਨੇ। ਆਹ ਦੇਖੋ ਪਿਆ ਹਵਾ ਵੀ ਮਾਰਦੇ ਨੇ ਗੱਡੀ ਦੇ ਵਿੱਚ ਬਾਹਰ ਅੰਦਰ ਸਾਰੇ ਕਿਤੇ ਸੁਕਾ ਕੇ ਪੂਰੀ ਗੱਡੀ ਫੇਰ ਦੇਣਗੇ। ਆਹ ਦੇਖੋ ਬਾਈ ਨੇ ਸ਼ੈਂਪੂ ਲਾਤਾ, 2-2 ਜਣੇ ਇੱਕ ਗੱਡੀ ਨੂੰ ਲੱਗਦੇ ਨੇ, ਐਂ ਨਹੀਂ ਵੀ ਇੱਕ ਜਣਾ ਲੱਗ ਗਿਆ ਇੱਕ ਗੱਡੀ ਨੂੰ, ਵੀ ਟਾਈਮ ਘੱਟ ਤੋਂ ਘੱਟ ਲੱਗੇ। ਅੱਜ ਕੱਲ੍ਹ ਤੁਹਾਨੂੰ ਪਤਾ ਟਾਈਮ ਕਿਸੇ ਕੋਲ ਨਹੀਂ ਹੈਗਾ, ਅਗਲਾ ਕਹਿੰਦਾ ਵੀ 10 ਮਿੰਟ 'ਚ ਗੱਡੀ ਧੋਤੀ ਜਾਵੇ। ਲਓ ਦੇਖੋ ਜੀ ਮੇਲਾ ਲੱਗ ਗਿਆ ਬਾਈ ਉਹਨਾਂ ਕੋਲ, ਮੈਂ ਤੁਹਾਨੂੰ ਕਿਹਾ ਆਹ ਗੱਡੀ ਆਈ ਹੈ ਬਾਈ ਕੋਲ, ਇਹ ਗੱਡੀ ਡਰੈ ਕਲੀਨ ਕਰਨੀ ਹੈ ਸਾਰੀ। ਦੇਖੋ ਕਿੰਨਾ ਮਾੜਾ ਹਾਲ ਆ ਅੰਦਰ। ਵੀਰ ਨੂੰ ਪੁੱਛਿਆ ਕਹਿੰਦਾ ਕ੍ਰਿਸਟਾ ਇਹ ਡਰੈ ਕਲੀਨ ਕਰਨੀ ਆ, ਧੋਣੀ ਆ, ਮਿੱਟੀ ਬਹੁਤ ਆ ਵਿੱਚ। ਦੇਖੋ ਤੁਹਾਨੂੰ ਦਿਖਾਵਾਂਗੇ ਇਹ ਵੀ ਸਾਫ਼ ਜਦੋਂ ਹੋ ਜੂਗੀ ਗੱਡੀ, ਦੇਖ ਲਓ ਕਿੰਨਾ ਬੁਰਾ ਹਾਲ ਆ। ਆਪਾਂ ਗੱਡੀ ਧਵਾਉਣ ਆ ਤਾਂ ਜਾਂਦੇ ਹਾਂ, ਬੈਠਣ ਦਾ ਕੋਈ ਅਰੇਂਜਮੈਂਟ ਨਹੀਂ ਹੁੰਦਾ ਬੰਦਿਆਂ ਕੋਲ, ਕੁਛ ਨਹੀਂ ਹੁੰਦਾ ਬਾਈ। ਉਹਨਾਂ ਨੇ ਇੱਧਰ ਬੈਠਣ ਦਾ ਵੀ ਅਰੇਂਜਮੈਂਟ ਬਣਾਇਆ ਹੋਇਆ, ਜੇ ਕਿਸੇ ਨੇ ਰੈਸਟ ਕਰਨੀ ਆ ਉਹਦਾ ਵੀ ਬਣਾਇਆ ਹੋਇਆ। ਆਹ ਦੇਖੋ ਵੀ ਬਾਈ ਉਹਨੇ ਬਹਿ ਕੇ ਰੈਸਟ ਵੀ ਕਰ ਸਕਦੇ ਆ, ਇੱਧਰ ਪੈ ਵੀ ਸਕਦੇ ਨੇ, ਏਸੀ ਲੱਗਿਆ ਹੋਇਆ। ਲਓ ਜੀ ਦੇਖੋ 3-3 ਜਣੇ ਚਿੰਬੜੇ ਹੋਏ ਨੇ ਗੱਡੀ ਨੂੰ, ਗੱਡੀ ਜਮਾਂ ਹੀ ਨਵੀਂ ਕੱਢਤੀ ਹੈ, ਹਜੇ ਪਾਲਿਸ਼ ਪੂਲਿਸ਼ ਮਾਰਨੀ ਆ। ਦੇਖੋ ਉਹੀ ਗੱਡੀ ਹੈ, ਅੰਦਰੋਂ ਮਾਰਨ ਲੱਗੇ ਹੋਏ ਨੇ, ਕੱਪੜਾ ਪਾਣੀ ਪੂਣੀ ਜਿਹੜਾ ਲੱਗਾ ਆ ਉਹ ਸਾਫ਼ ਕਰਨ ਲੱਗੇ ਹੋਏ ਨੇ। ਦੇਖੋ ਉਹੀ ਗੱਡੀ ਹੈ, ਕਿੰਨੀ ਲਿਬੜੀ ਹੋਈ ਸੀ ਤੁਹਾਨੂੰ ਦਿਖਾਈ ਉਹ ਸੀਗੀ, ਦੇਖ ਲਓ ਮੈਟ ਦੇਖ ਲਓ, ਜਾਂ ਥੱਲੇ ਬੈਠ ਕੇ ਭੂੰਜੇ ਖਾ ਲਓ ਕੁਛ। ਲਾਏ ਤੁਹਾਨੂੰ ਦਿਖਾਏ ਸੀ ਕਿੰਨੇ ਗੰਦੇ ਹੀ, ਦੇਖੋ ਲੈ ਦੇਖੋ ਮੈਟ ਦਿਖਦਾ ਮਿੱਟੀ ਮਾੜਾ ਜਿਹਾ ਵੀ ਤਣ ਮਿੱਟੀ ਦਾ। ਲੈ ਪਾਲਿਸ਼ ਵੀ ਮਾਰਨਗੇ ਬਾਈ ਹੋਣੀ, ਆਪਾਂ ਉਹ ਵੀ ਦਿਖਾਵਾਂਗੇ। ਲੈ ਛੱਤ ਦੇਖ ਫੁੱਲ ਨਵੀਂ ਕੱਢਤੀ ਗੱਡੀ, ਜ਼ਰੂਰੀ ਨਹੀਂ ਗਾ ਵੀ ਇਹ ਗੱਡੀ ਉਹ ਧੋਂਦੇ ਨੇ ਬਾਈ ਉਹਨੇ, ਸਕੂਟਰ ਮੋਟਰਸਾਈਕਲ ਸਾਰਾ ਕੁਝ ਧੋਂਦੇ ਨੇ, ਕੁਛ ਵੀ ਧਵਾ ਸਕਦਾ ਬੰਦਾ, ਚਾਹੇ ਟਰੈਵਲ ਹੋਵੇ ਗੱਡੀ ਕੋਈ ਵੀ ਗੱਡੀ ਹੋਵੇ। ਆਪਾਂ ਵੀਰ ਨਾਲ ਗੱਲ ਕਰਾਂਗੇ, ਵੀਰ ਨੂੰ ਮਿਲਾਂਗੇ, ਪੁੱਛਾਂਗੇ ਵੀ ਕੀ ਕਰਦੇ ਨੇ ਉਰੇ, ਕਿਹੜੀ ਕਿਹੜੀ ਗੱਡੀਆਂ ਧੋਂਦੇ ਨੇ ਅਤੇ ਕਿੰਨੇ ਪੈਸੇ ਲੈਂਦੇ ਨੇ, ਸਾਰਾ ਕੁਝ ਪੁੱਛਾਂਗੇ ਆਪਾਂ ਵੀਰ ਨੂੰ ਵੀ ਕਿਵੇਂ ਫੋਰਮ ਬਾਚ ਕਰਦੇ ਨੇ ਕੀ ਕਰਦੇ ਨੇ। ਕੀ ਹਾਲ ਆ ਵੀਰੇ, ਬੋਈ ਵੀਰੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ, ਕੀ ਹਾਲ ਆ ਮਨੀ ਵੀਰੇ, ਕਿਵੇਂ ਹੋ ਜੀ। ਅੱਛਾ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਵੀ ਗੱਡੀ ਆਪਾਂ ਕਿੰਨੇ ਪੈਸੇ ਲੈਂਦੇ ਹੋ, ਕਿਹੜੀ ਕਿਹੜੀ ਗੱਡੀ ਧੋਂਦੇ ਹੋ, ਅੱਜ ਮੈਂ ਤੁਹਾਡੀ ਦੁਕਾਨ ਤੇ ਆਇਆ ਤੇ ਨਾਮ ਦੱਸ ਦਿਓ ਦੁਕਾਨ ਦਾ। ਸਤਿ ਸ਼੍ਰੀ ਅਕਾਲ ਵੀਰੇ, ਪਹਿਲਾਂ ਸਾਰਿਆਂ ਨੂੰ ਠੀਕ ਹੈ ਜੀ, ਆਪਣੀ ਦੁਕਾਨ ਦਾ ਨਾਮ ਸਨੇਤ ਕਾਰ ਵਾਸ਼ ਖੰਨਾ ਮਲੋਹ ਰੋਡ। ਅੱਛਾ ਜੀ, ਠੀਕ ਹੈ ਜੀ, ਇਹ ਐਡਰੈਸ ਆ, ਹਾਂ ਇਹ ਐਡਰੈਸ ਆ, ਨਾਲ ਆਪਣੇ ਆਏ ਸਨੇਕ ਦੇ। ਠੀਕ ਹੈ ਜੀ, ਤੇ ਆਪਾਂ ਇੱਧਰ ਜੇ ਇੱਧਰ ਗੱਡੀ ਧੋਣੀ ਆ ਵੀਰੇ, ਚੱਕ ਕੇ ਫਿਰ ਜੈਕ ਤੇ ਲਾ ਕੇ, ਜੈਕ ਤੇ ਫਿਰ 300 ਰੁਪਇਆ, ਜੇ ਥੱਲੇ ਡੀਜ਼ਲ ਡੂਜ਼ਲ ਮਰਾਉਣਾ ਵਾ ਫਿਰ 400 ਰੁਪਇਆ। ਠੀਕ ਹੈ, ਗੱਡੀ ਐਨ ਕਲੀਨ
ਦੁੱਧ ਵਾਰ ਹੀ ਕੱਢ ਦਿੰਦੇ ਥੱਲੋਂ ਅਸੀਂ, ਨਵੀਂ ਜਮਾ ਹੀ ਬਣਾ ਕੇ ਦੇ ਦੋਗੇ ਜੇ ਕਿਸੇ ਨੇ ਇੰਜਣ ਧਵਾਉਣਾ ਗੱਡੀ ਦਾ, ਉਹ ਵੀ ਵਿੱਚ ਹਾਂ ਇੰਜਣ ਵੀ ਆ ਸਪੈਸ਼ਲ, ਮੈਂ ਕਹਿੰਦਾ ਕੈਮੀਕਲ ਆਪਣੇ ਕੋਲ ਹੈ ਹੀ ਹੈ ਜਿਹਨੇ ਵੀਰੇ। ਅੱਛਾ ਜੀ, ਕੁਛ ਵੀ ਕਰਾਉਣਾ ਹੋਵੇ ਬੰਦੇ ਨੇ, ਕੁਛ ਵੀ ਕਲੀਨ ਕਰਾਉਣਾ ਹੋਵੇ ਜਾਂ ਗੱਡੀ ਅੰਦਰੋਂ ਡਰੈਕ ਕਲੀਨ ਕਰਾਉਣੀ ਸਾਰਾ ਕੁਝ, ਸਾਰਾ ਕੁਝ ਕਰਦੇ ਆ ਵੀਰੇ। ਤੇ ਗੱਡੀ ਫਾਰਮ ਵਾਸ਼ ਵੀ ਕਰਦੇ ਆ? ਹਾਂ ਫਾਰਮ ਵਾਸ਼ ਵੀ ਕਰਦੇ ਆ ਵੀਰੇ। ਅੱਛਾ, ਸਾਰੇ ਕੁਝ ਹੁਣ ਡਰੈਕ ਕਲੀਨ ਕਰਨੀ ਆਪਾਂ ਗੱਡੀ? ਅੱਛਾ ਜੀ, ਡਰੈਕ ਕਲੀਨ ਵਾਸਤੇ ਹੀ ਆਪਣੇ ਕੋਲ। ਠੀਕ ਹੈ ਜੀ। ਤੇ ਅੰਦਰੋਂ ਇੰਨੀ ਗੰਦੀ ਇਹਨਾਂ ਦੇ, ਪਹਿਲਾਂ ਵੈਕਿਊਮ ਮਾਰਿਆ 2 ਵਾਰ। ਠੀਕ ਹੈ ਜੀ। ਹੁਣ ਹਵਾ ਵੱਜ ਰਹੀ ਇਹਦੇ ਅੰਦਰ। ਨਹੀਂ ਮੈਂ ਜਿੱਦਾਂ ਦੇਖ ਰਿਹਾ, ਮੈਂ ਜਿੱਦਾਂ ਆਇਆ ਨਾ, ਮੈਂ ਗੱਡੀਆਂ ਦੀ ਵੀਡੀਓ ਬਣਾਈ ਆ, ਮੈਂ ਦੇਖਿਆ ਗੱਡੀਆਂ ਬਹੁਤ ਲਿਬੜੀਆਂ ਹੋਈਆਂ ਸੀ, ਨਵੀਆਂ ਬਣਾ ਕੇ ਭੇਜੀਆਂ ਗੱਡੀਆਂ ਤੁਸੀਂ। ਇੱਕ ਆਹ ਖੜੀ ਆ, ਬਣਾਈ ਆ ਵੀਡੀਓ 2-4 ਗੱਡੀਆਂ ਦੀ, ਕੰਮ 1 ਨੰਬਰ ਆ ਤੁਹਾਡਾ, ਉਹ ਵੀ ਮੈਂ ਦੇਖ ਲਿਆ। ਨਾ ਕੰਮ 1 ਨੰਬਰ ਆ ਵੀਰੇ। ਹਾਂ ਮੈਂ ਦੇਖ ਲਿਆ ਉਹ ਚੀਜ਼ਾਂ, ਮੈਂ ਉਹੀ ਚੀਜ਼ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਵੀ ਲੋਕੀ ਉੱਪਰੋਂ ਉੱਪਰੋਂ ਗੱਡੀ ਧਵਾ ਲੈਂਦੇ ਨੇ, ਥੱਲੋਂ ਗੱਡੀ ਕੋਈ ਨਹੀਂ ਧਵਾਉਂਦਾ, ਉਹ ਬਾਅਦ ਚੋਂ ਗੱਡੀਆਂ ਗਲ ਜਾਂਦੀਆਂ ਨੇ, ਉਹ ਧਵਾਉਣੀਆਂ ਚਾਹੀਦੀਆਂ ਨੇ। ਡੀਜ਼ਲ ਮਰਾਉਣਾ ਚਾਹੀਦਾ ਵੀਰੇ ਗੱਡੀ ਥੱਲੇ, ਥੱਲੋਂ ਡੀਜ਼ਲ। ਜੇ ਡੀਜ਼ਲ ਆਪੇ ਮਾਰ ਦਿੰਨੂ ਕਿ ਬੰਦਾ ਲੈ ਕੇ ਆਉਂਦਾ? ਨਹੀਂ, ਜੇ ਕੋਈ ਲੈ ਵੀ ਆਉਂਦਾ ਉਹ ਵੀ ਮਾਰੇ ਆਪਣੇ ਕੋਲ ਵੀ ਹੁੰਦਾ। ਅੱਛਾ ਜੀ, ਤੇ ਡੀਜ਼ਲ ਮਰਾ ਕੇ ਜੇ ਧਵਾਉਣੀ ਆ ਉਹਦੇ ਕਿੰਨੇ ਪੈਸੇ ਨੇ? ਉਹਦੇ 400 ਰੁਪਏ ਆਉਂਗੇ, ਤੇ ਆਪਾਂ ਜੇ ਕੋਈ ਦੋਸਤ ਜਾਂ ਭਰਾ ਆਉਂਦਾ ਵਾ ਜਾਣ ਪਛਾਣ ਵਾਲਾ, ਮਾਨ ਤਾਨ ਕਰ ਦਈਦਾ ਉਹਦਾ। ਅੱਛਾ ਜੀ, ਹਾਂ ਠੀਕ ਹੈ। ਜੇ ਕੋਈ ਵੀਡੀਓ ਦੇਖ ਕੇ ਆਊਗਾ ਉਹਦਾ ਮਾਨ ਤਾਨ ਕਰੋ? ਜ਼ਰੂਰ ਜ਼ਰੂਰ ਵੀਰੇ। ਠੀਕ ਆ। ਅੱਛਾ, ਆਪਣਾ ਐਡਰੈਸ ਕੀ ਹੈ ਦਵਾਰ ਚ ਦੱਸੋ? ਅਸਨੇਤ ਕਾਰ ਵਾਸ਼, ਅਮਲੋਹ ਰੋਡ ਖੰਨਾ। ਅੱਛਾ, ਅਮਲੋਹ ਰੋਡ ਤੇ ਆ ਇਹ? ਹਾਂ, ਸਨੇਤ ਕਾਰ ਦੇ ਕਾਲਜ ਤੋਂ ਅੱਗੇ ਜਾ ਕੇ, ਹੈ ਨਾ ਵੀਰੇ? ਹਾਂ ਠੀਕ ਆ। ਆ ਤੁਹਾਨੂੰ ਗੱਡੀ ਇਹ ਵੀ ਦਿਖਾ ਕੇ ਜਾਊਂਗਾ ਮੈਂ, ਗੱਡੀ ਚ ਬਹੁਤ ਗੰਦ ਆ, ਡਰੈਕ ਕਲੀਨ ਕਰਨੀ ਆ ਬਾਈ ਨੇ। ਆ ਦੇਖੋ ਕਿੰਨੀ ਮਿੱਟੀ ਗੱਡੀ ਆ। ਇਹ ਗੱਡੀ ਚ ਹੁਣ ਪਹਿਲਾਂ 2 ਵਾਰ ਵੈਕਿਊਮ ਮਾਰਤਾ। ਠੀਕ ਆ। ਹੁਣ ਇਹ ਗੱਡੀ ਚ ਸਾਰੀ ਹਵਾ ਵੱਜ ਰਹੀ ਆ। ਠੀਕ ਆ। ਉਹ ਤੋਂ ਬਾਅਦ ਫੇਰ ਸਾਫ ਇਹ ਹਵਾ ਸਾਰੀ ਮਾਰ ਕੇ ਅੰਦਰੋਂ ਇਹਦੇ ਕੈਮੀਕਲ ਮਾਰਾਂਗੇ ਸਾਰਾ, ਡਰੈਕ ਕਲੀਨ ਹੁਣ ਡਰੈਕ ਕਲੀਨ ਵਾਸਤੇ ਹੀ ਆਪਣੇ ਕੋਲੇ। ਠੀਕ ਆ। ਜਿਵੇਂ ਸਾਰਾ ਇਹਦੇ ਗੱਤੇ, ਛੱਤ, ਸੀਟਾਂ ਸਾਰਾ ਹੁਣ ਇਹਦੇ ਕੈਮੀਕਲ ਰੱਖਿਆ ਹੋਇਆ ਬਣਨ ਵਾਸਤੇ। ਠੀਕ ਹੈ ਜੀ। ਉਹਨੂੰ ਕੈਮੀਕਲ ਆਪਣੇ ਕੋਲ ਹੈ ਹੀ ਇੰਨਾ ਤੇਜ਼ ਨਾ, ਉਹਨੂੰ ਪਹਿਲਾਂ ਰੱਖਣਾ ਪੈਂਦਾ ਬਾਲਟੀ ਚ ਗਰਮ ਪਾਣੀ ਚ। ਨਾ ਫਿਰ ਉਹ ਹੱਥ ਹੁੱਥ ਤੇ ਲੱਗ ਜਾਵੇ ਨੁਕਸਾਨ ਆ ਉਹਦਾ ਫਿਰ? ਨਹੀਂ ਨਹੀਂ ਨਹੀਂ, ਉਹਦਾ ਕੋਈ ਨੁਕਸਾਨ ਨਹੀਂ ਵੀਰੇ। ਤੇ ਮੈਨੂੰ ਇੱਕ ਚੀਜ਼ ਹੋਰ ਪਤਾ ਚੱਲੀ ਹੈ ਵੀਰੇ, ਜੇ ਕਿਸੇ ਨੇ ਟੈਕਸੀ ਕਰਨੀ ਹੋਵੇ ਆਨਲਾਈਨ ਪਿਕ ਡ੍ਰੌਪ, ਉਹ ਵੀ ਕਰਦੇ ਹੋ? ਹਾਂ, ਅਜਾ ਮੈਂ ਸਾਰਾ ਕੁਝ, ਜੇ ਕਿਸੇ ਨੂੰ ਡਰਾਈਵਰ ਦੀ ਲੋੜ ਆ ਉਹ ਵੀ ਆਪਣੇ ਕੋਲ ਹੈਗੇ ਨੇ, ਆਪਣਾ ਨਾਲ ਪੋਲਿਊਸ਼ਨ ਦਾ ਵੀ ਕੰਮ ਆ। ਠੀਕ ਹੈ ਜੀ। ਠੀਕ ਹੈ ਵੀਰੇ। ਜੇ ਕਿਸੇ ਨੇ ਘਰੋਂ ਗੱਡੀ ਮੰਗਾਉਣੀ ਆ ਵੀ ਹਾਂ ਘਰੇ ਖੜੀ ਆ ਲੈ ਜਾਓ ਧੋਣ ਵਾਸਤੇ, ਠੀਕ ਹੈ ਜੀ, ਉਹ ਵੀ ਆਪਾਂ ਪਿਕ ਡ੍ਰੌਪ ਕਰ ਲੈਂਦੇ ਆ। ਅੱਛਾ ਅੱਛਾ ਅੱਛਾ, ਵੀ ਇਹ ਵੀ ਕਰ ਲੈਂਦੇ ਹੋ ਜੇ ਕਿਸੇ ਨੇ ਫੋਨ ਮਾਰ ਕੇ ਗੱਡੀ ਤੋਂ ਫੋਨ ਮਾਰ ਕੇ ਮੰਗਾਉਣੇ ਅਸੀਂ ਲੈ ਆਉਂਦੇ ਆ। ਠੀਕ ਆ। ਜਿਵੇਂ ਮੈਂ ਚੈਟਰ ਦੂਰ ਰਹਿਣਾ, ਜੇ ਫੋਨ ਕਰਕੇ ਗੱਡੀ ਧਵਾਉਣੀ ਹੋਵੇ ਉਹ ਵੀ ਚੱਕ ਲਿਆ? ਹਾਂ ਚੱਕ ਲਿਆ, ਮੈਂ ਬਾਅਦ ਛੱਡ ਵੀ ਆਉਂਦੇ ਆ। ਠੀਕ ਆ ਵੀਰੇ, ਇਹ ਤਾਂ ਬਹੁਤ ਵਧੀਆ ਕੰਮ ਆ ਯਾਰ, ਇਹ ਕੋਈ ਨਹੀਂ ਕਰਦਾ ਹੈਗਾ ਅੱਜ ਕੱਲ ਟਾਈਮ, ਲੋਕਾਂ ਕੋਲ ਹੈ ਨਹੀਂ ਮੇਰੇ ਵਰਗੇ ਭਰਾਵਾਂ ਕੋਲ, ਅਗਲਾ ਕਹਿੰਦਾ ਘਰੇ ਖੜੀ ਗੱਡੀ ਧੋਤੀ ਹੋਈ ਮਿਲ ਜਾਵੇ, ਇਹ ਬਹੁਤ ਵਧੀਆ ਕੰਮ ਹੈ। ਇਹ ਮੈਂ ਤੁਹਾਡਾ ਹੀ ਦੇਖਿਆ ਇਹ ਵੀ ਤੁਸੀਂ ਉਹ ਕਰਦੇ ਹੋ। ਅੱਛਾ, ਪਿਕ ਡ੍ਰੌਪ ਦਾ ਵੀ ਹੈ ਗੱਡੀਆਂ ਦਾ? ਚਲੋ ਉਹ ਮੈਂ ਤੁਹਾਡਾ ਨੰਬਰ ਥੱਲੇ ਪਾ ਦੂੰਗਾ, ਵੀਰ ਹੋਣੀ ਆਪੇ ਫੋਨ ਕਰ ਲੈਣਗੇ ਤੁਹਾਨੂੰ। ਜੇ ਕਿਸੇ ਨੇ ਗੱਡੀ ਧਵਾਉਣੀ ਵੀ ਹੈ ਵੀਰ, ਉਹਨਾਂ ਦਾ ਥੱਲੇ ਮੈਂ ਨੰਬਰ ਪਾ ਦੂੰਗਾ, ਤੇ ਪਹਿਲਾਂ ਹੀ ਆਪਣਾ ਹਨਾ ਫੋਨ ਕਰਕੇ ਬੁੱਕ ਕਰਾ ਲੂਗਾ ਵੀ ਅਸੀਂ ਵੀਰੇ ਆ ਰਹੇ ਹਾਂ ਵੀ ਗੱਡੀ ਧਵਾਉਣੀ ਆ, ਵੀਰ ਟਾਈਮ ਦੱਸ ਦੂਗਾ ਵੀ ਵੀਰੇ ਘੰਟੇ ਤੱਕ ਆ ਜਾਓ, ਨਾਲੇ ਤੁਹਾਨੂੰ ਖੜਨ ਦੀ ਲੋੜ ਨਹੀਂ ਪਊਗੀ, ਫੋਨ ਕਰਕੇ ਜਦ ਮਰਜ਼ੀ ਆ ਜਾਓ, ਵੀਰ ਤੁਹਾਨੂੰ ਟਾਈਮ ਦੇ ਦੂਗਾ ਅੱਧੇ ਘੰਟੇ 'ਚ ਤੁਹਾਡੀ ਗੱਡੀ ਧੋਤੀ ਮਿਲ ਜੂਗੀ। ਐਂ ਨਹੀਂ ਜੀ 2-2 ਘੰਟੇ ਖੜਾ ਕੇ ਰੱਖਣਗੇ, 2-2 ਜਾਣੇ ਇੱਕ ਗੱਡੀ ਨੂੰ ਲੱਗੇ ਰਹਿੰਦੇ ਨੇ ਬਾਈ, ਉਹਨੇ ਕਾਰਾਂ ਮੈਂ ਤੁਹਾਨੂੰ ਧੋਤੀਆਂ ਹੋਈਆਂ ਦਿਖਾਤੀਆਂ ਵੀਡੀਓ 'ਚ, ਤੁਸੀਂ ਦੇਖ ਲਿਓ, 1 ਨੰਬਰ ਕੰਮ ਆ, ਥੱਲੋਂ ਧਵਾਉਣੀ ਆ ਚਾਹੇ ਉੱਪਰੋਂ ਬਾਹਰੋਂ ਜਿਵੇਂ ਵੀਰੇ ਕਰਾਉਣਾ, ਐਨ ਕਲੀਨ ਗੱਡੀ ਮਿਲੂਗੀ। ਆ ਗੱਡੀ ਦੇ ਮੂਹਰੇ ਨਾ ਜਿਵੇਂ ਜਾਲੀ ਲੱਗੀ ਹੁੰਦੀ ਆ, ਹਾਂਜੀ, ਉਸੇ ਹੱਥ ਨਹੀਂ ਜਾਂਦਾ, ਹਾਂਜੀ, ਆਪਣੇ ਆ ਬੁਰਸ਼ ਲਿਆ ਕੇ ਰੱਖੇ ਹੋਏ ਨੇ।
ਅੱਛਾ ਜੀ, ਇਹਦੇ ਇਹ ਕੈਮੀਕਲ ਡਬੋ ਕੇ ਨਾ, ਕੈਮੀਕਲ ਚ ਡਬੋ ਕੇ ਹਾਂਜੀ ਐਨ ਚੰਗੀ ਤਰ੍ਹਾਂ ਸਾਫ ਕਰ ਦਿੰਦਾ। ਠੀਕ ਹੈ ਜੀ, ਹਥਿਆਰ ਸਾਰੇ ਨੇ ਆਪਣੇ ਕੋਲ, ਜਿਵੇਂ ਹੁਣ ਕਈ ਜਗ੍ਹਾ ਤੇ ਹੱਥ ਨਹੀਂ ਪੈਂਦਾ ਹੁੰਦਾ, ਬਾਈ ਕਹਿੰਦਾ ਚਾਹੇ ਲਾਏ ਚ ਲਾ ਲੋ ਜਾਂ ਨਟਾਂ ਚ ਲਾ ਲੋ, ਕਿਤੇ ਵੀ ਲਾ ਲੋ ਵੀ ਗੱਡੀ ਐਨ ਕਲੀਨ ਹੋਊਗੀ ਸਾਰੇ, ਕਿਤੇ ਕੋਈ ਵੀ ਚੀਜ਼ ਦਾ ਬੁਰਸ਼ ਜਿੱਥੇ ਨਹੀਂ ਹੱਥ ਪੈਂਦਾ ਉਹ ਸਾਫ ਕਰਕੇ ਦੇਣਗੇ। ਜਿਵੇਂ ਜਾਲੀਆਂ ਚ ਬਾਈ ਕਹਿੰਦਾ ਹੱਥ ਨਹੀਂ ਪੈਂਦਾ ਹੁੰਦਾ ਉਰੇ ਅੱਗੇ ਗੱਡੀਆਂ ਦੇ, ਉਹਦੇ ਲਈ ਬੁਰਸ਼ ਨੇ ਬਾਈ ਉਹਨਾਂ ਕੋਲ ਹਰੇਕ ਤਰ੍ਹਾਂ ਦੇ, ਉਹ ਬੁਰਸ਼ ਮਾਰ ਕੇ ਐਨ ਕਲੀਨ ਕਰਕੇ ਦੇਣਗੇ। ਜਿਵੇਂ ਮਿੱਟੀ ਭਰ ਜਾਂਦੀ ਉਹ ਚੀਜ਼ ਕੋਈ ਨਹੀਂ ਕਰਦਾ। ਲੋ ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ ਹਾਲ ਕਿੰਨਾ ਮਾੜਾ ਸੀ ਗੱਡੀ ਦਾ, ਹੁਣ ਦੇਖੋ ਬਾਈ ਉਹਨਾਂ ਨੇ ਐਨ ਨਵੀਂ ਕੱਢਤੀ ਗੱਡੀ, ਜਮਾਂ ਹੀ ਨਵੀਂ ਬਣਾਤੀ, ਅੰਦਰੋਂ ਵੀ ਫੁੱਲ ਸਾਫ ਕਰਤੀ ਬਾਈ ਉਹਨਾਂ ਨੇ। ਦੇਖੋ ਬਹੁਤ ਮਾੜਾ ਹਾਲ ਸੀ, ਬਹੁਤ ਲਿਪੜੀ ਹੋਈ ਸੀ ਗੱਡੀ, ਸਾਰੀ ਗੱਡੀ ਤੇ ਮਿੱਟੀ ਓ ਮਿੱਟੀ ਹੋਈ ਸੀ, ਨਵੀਂ ਬਣਾਤੀ ਦੇਖੋ ਇੱਕ ਨੰਬਰ ਕਰਤੀ। ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਕਿੰਨੀ ਗੰਦੀ ਸੀ, ਕਿੰਨਾ ਮਾੜਾ ਹਾਲ ਸੀ। ਦੇਖੋ ਹੁਣ ਪਾਲਿਸ਼ ਪੂਲਿਸ਼ ਮਾਰ ਕੇ ਨਵੀਂ ਬਣਾਤੀ ਬਾਈ ਨੇ ਗੱਡੀ, ਇੱਕ ਨੰਬਰ ਬਣ ਗਈ, ਦਿਲ ਖੁਸ਼ ਕਰਕੇ ਭੇਜਦੇ ਨੇ ਬਾਈ ਉਹਨੇ ਐਨ ਨਵੀਂ ਬਣਾ ਕੇ। ਲੋਕ ਥੱਲੋਂ ਵੀ ਚਮਕਦੀ ਹੈ, ਅੰਦਰੋਂ ਸਾਰੇ ਕਿਤੇ ਪਾਲਿਸ਼ ਮਾਰ ਪਾਈ ਹੋਣੀ। ਆਹ ਦੇਖੋ ਇੰਜਣ ਵੀ ਫੁੱਲ ਸਾਫ ਕਰਤਾ ਗੱਡੀ ਦਾ, ਕੋਈ ਤੋਂ ਵੀ ਸਾਫ ਕਰਾਉਣ ਨਵੀਂ ਕੱਢਤੀ ਗੱਡੀ, ਇੰਜਣ ਵੀ ਧੋਤਾ ਇਹਦਾ, ਗੱਡੀ ਵੀ ਧੋਤੀ ਅੰਦਰੋਂ ਬਾਹਰੋਂ ਸਾਰੇ ਕਿਤੋਂ। ਦੇਖੋ ਆਹ ਵੀ ਧਰ ਕੇ ਦੇਣਗੇ, ਆਹ ਨਹੀਂ ਧਵਾਉਂਦੇ ਆਪਾਂ ਗੱਡੀ 200 ਰੁਪਏ 'ਚ ਵੀ ਉਹ ਵੀ ਨਹੀਂ ਧਰ ਕੇ ਦਿੰਦੇ ਬਾਈ ਉਹਨੇ, ਇਹ ਵੀ ਮੈਟ ਧਰ ਕੇ ਦਿੰਦੇ ਨੇ ਉੱਪਰ। ਗੱਡੀ ਜਮਾਂ ਹੀ ਨਵੀਂ ਬਣਾਤੀ ਬਾਈ, ਇਹਦੀ ਵੀਡੀਓ ਮੈਂ ਪਹਿਲਾਂ ਬਣਾਈ ਆ, ਦੇਖੋ ਕੀ ਹਾਲ ਸੀ ਗੱਡੀ ਦਾ ਅਤੇ ਹੁਣ ਦੇਖੋ ਕੀ ਹਾਲ ਆ ਗੱਡੀ ਦਾ, ਜਮਾਂ ਹੀ ਨਵੀਂ ਬਣਾਤੀ ਬ੍ਰੈਂਡ ਨਿਊ। ਆਪਾਂ ਅੰਕਲ ਜੀ ਨੂੰ ਪੁੱਛਾਂਗੇ ਗੱਡੀ ਧਵਾਈ, ਅੰਕਲ ਜੀ ਨੇ ਅੰਕਲ ਜੀ ਨੂੰ ਕਿਹੋ ਜਿਹਾ ਲੱਗਿਆ ਉਰੇ ਗੱਡੀ ਧਵਾ ਕੇ ਵੀ ਗੱਡੀ ਇੱਕ ਨੰਬਰ ਧੋਤੀ ਗਈ, ਅੰਕਲ ਜੀ ਕਿਹੋ ਜਿਹਾ ਲੱਗਿਆ? ਬਹੁਤ ਮਜ਼ਾ ਆ ਗਿਆ, ਬਹੁਤ ਮਜ਼ਾ, ਨਵੀਂ ਬਣਾਤੀ ਹੈ ਨਾ ਜੀ ਗੱਡੀ, ਵਰਗੀ ਬਿਲਕੁਲ ਨਵੀਂ ਵਰਗੀ, ਬਹੁਤ ਗੰਦੀ ਜੀ ਹੈ ਨਾ, ਬਹੁਤ ਗੰਦੀ ਜੀ, ਤੇ ਪੈਸੇ ਪੂਸੇ ਜਾਇਜ਼ ਲੈਂਦੇ ਨੇ? ਬਿਲਕੁਲ ਇੱਕ ਨੰਬਰ। ਕਦੇ ਕੌਣੇ ਹੋ ਤੁਸੀਂ ਵੀਰ ਉਹਨਾਂ ਕੋਲ? ਕਾਫੀ ਦੇਰ ਹੋ ਗਈ। ਠੀਕ ਹੈ, ਸ਼ੁਰੂ ਤੋਂ ਬਿਲਕੁਲ ਪੂਰੀ ਨਵੀਂ ਬਣ ਗਈ ਹੈ ਨਾ, ਮੈਂ ਪਹਿਲਾਂ ਵੀ ਵੀਡੀਓ ਬਣਾਈ ਆ, ਬਹੁਤ ਗੰਦੀ ਸੀਗੀ ਗੱਡੀ, ਬਹੁਤ ਲਿਬੜੀ ਹੋਈ ਸੀ ਗੰਦੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਲੋ ਜੀ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਤੀਆਂ, ਗੱਡੀਆਂ ਧੋਂਦੇ ਦੀਆਂ ਵੀ ਦਿਖਾਤੀਆਂ ਆ ਬਾਈ ਉਹਨਾਂ ਦਾ, ਆਹ ਬਾਈ ਉਹਨਾਂ ਦੀ ਟੀਮ ਖੜੀ ਆ, ਇਸ ਗੱਡੀਆਂ ਵਾਲੇ ਬਾਈ ਹੋਣੀ ਵੀ ਨੇ, ਤੇ ਆਹ ਦੁਕਾਨ ਆ ਬਾਈ ਉਹਨਾਂ ਦੀ, ਡਰੈਸ ਵੀ ਤੁਹਾਨੂੰ ਦੱਸਤਾ ਵੀਰ ਉਹਨਾਂ ਦਾ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ, ਸਪੋਰਟ ਕਰਿਓ, ਆਪਾਂ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ, ਤੁਹਾਨੂੰ ਦੱਸਾਂਗੇ ਹਰੇਕ ਚੀਜ਼ ਬਾਰੇ।